ਅੱਜ ਜੇ ਇੱਕ ਤੁਹਾਨੂੰ ਇੱਕ ਕਟਿੰਗ ਵਾਲੇ ਵੀਰ ਕੋਲ ਲੈ ਕੇ ਆਇਆ, ਸਲੂਨ ਵਾਲੇ ਕੋਲ ਲੈ ਕੇ ਆਇਆ, ਕਿ ਜਿਹੜਾ ਆਪਣੀ ਸੇਵਾਵਾਂ ਨਿਭਾ ਰਿਹਾ ਹੈ। ਇਹ ਸਾਲ ਬਾਅਦ ਆਉਂਦਾ ਜੀ ਸ਼ਹੀਦੀ ਦਿਹਾੜਾ ਜੀ, ਇਹਦੇ ਕਰਕੇ ਮੈਂ ਬੰਦ ਕਰਦਾ ਜੀ। ਕੀ ਕਾਰਨ, ਕਿਉਂ, ਕੀ ਮਨ 'ਚ ਵਿਚਾਰ ਆਉਂਦਾ ਹੈ? ਕਿਉਂਕਿ ਲਗਾਤਾਰ ਤੁਹਾਡਾ ਕਿੱਤਾ ਵੀ ਇਹੋ ਆ, ਤੁਸੀਂ ਲੋਕਾਂ ਦੀ ਕਟਿੰਗ ਕਰਨੀ ਹੈ, ਸ਼ੇਵ ਕਰਨੀ ਹੈ ਅਤੇ ਤੁਸੀਂ ਰੋਟੀ ਖਾਣੀ ਹੈ, ਕੀ ਮਨ 'ਚ ਵਿਚਾਰ ਹੁੰਦੀ ਹੈ? ਵਿਚਾਰ ਸਰ ਹਰ ਸਾਲ ਇੱਕ ਸਰ ਕੰਮ ਕਰੀਦਾ, ਸਰ ਇੱਕ 10 ਦਿਨ ਨਾ ਕਰਾਂਗੇ ਸਰ ਕੋਈ ਗੱਲ ਨਹੀਂ, ਗੁਰੂ ਮਹਾਰਾਜ ਨੇ ਬੜਾ ਕੁਝ ਦੇਣਾ ਸਰ ਸਾਨੂੰ। ਸਰ ਮੈਂ ਹਰ ਕੌਮ ਨੂੰ ਇਹੋ ਆਉਂਦਾ ਵੀ 10 ਦਿਨ ਨਾ ਕਰਾਓ, ਬਾਕੀ ਦਿਨ ਕਰਾਓ ਤੁਸੀਂ। ਸਤਿ ਸ਼੍ਰੀ ਅਕਾਲ, 10 ਸੰਬਰ ਨੂੰ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਜਗਜੀਤ ਸਿੰਘ। ਦਰਸ਼ਕੋ, ਤੁਸੀਂ ਵੇਖ ਰਹੇ ਹੋ ਕਿ ਜਦੋਂ ਹੀ ਇਹ ਦਸੰਬਰ ਦਾ ਮਹੀਨਾ ਸ਼ੁਰੂ ਹੁੰਦਾ ਹੈ ਅਤੇ ਇਸ ਮਹੀਨੇ ਨੂੰ ਸ਼ਹਾਦਤਾਂ ਦਾ ਮਹੀਨਾ ਵਜੋਂ ਕਿਹਾ ਜਾਂਦਾ ਹੈ ਅਤੇ ਕਿਤੇ ਨਾ ਕਿਤੇ ਵੱਡੇ ਪੱਧਰ 'ਤੇ ਸੰਗਤਾਂ ਜਿਹੜੀਆਂ ਨੇ ਫਤਿਹਗੜ੍ਹ ਸਾਹਿਬ, ਸਰਹੰਦ ਸਾਹਿਬ ਜਾ ਕੇ ਨਤਮਸਤਕ ਹੁੰਦੀਆਂ ਨੇ, ਪਰ ਲੋਕ ਕਿਤੇ ਨਾ ਕਿਤੇ ਆਪਣੀਆਂ ਸੇਵਾਵਾਂ ਨੂੰ ਕਿਤੇ ਨਾ ਕਿਤੇ ਬਾਖੂਬੀ ਨਿਭਾਉਂਦੇ ਨੇ। ਪਰ ਅੱਜ ਜੇ ਇੱਕ ਤੁਹਾਨੂੰ ਇੱਕ ਕਟਿੰਗ ਵਾਲੇ ਵੀਰ ਕੋਲ ਲੈ ਕੇ ਆਇਆ, ਸਲੂਨ ਵਾਲੇ ਕੋਲ ਲੈ ਕੇ ਆਇਆ, ਕਿ ਜਿਹੜਾ ਆਪਣੀ ਸੇਵਾਵਾਂ ਨਿਭਾ ਰਿਹਾ ਹੈ, ਕਿਸ ਤਰੀਕੇ ਨਾਲ ਨਿਭਾ ਰਿਹਾ, ਕਿਉਂਕਿ ਉਹ ਲਗਾਤਾਰ ਇਸ ਮਹੀਨਾ ਜਦੋਂ ਸ਼ੁਰੂ ਹੁੰਦਾ ਹੈ ਤਾਂ ਉਦੋਂ ਤੋਂ ਕਟਿੰਗ ਕਰਨੀ ਬੰਦ ਕਰ ਦਿੰਦਾ ਹੈ, ਕਿਤੇ ਨਾ ਕਿਤੇ ਭਾਵੇਂ ਉਹਦਾ ਰੁਜ਼ਗਾਰ ਵੀ ਇਹੀ ਆ, ਸਾਰਾ ਕੁਛ ਉਹਦਾ ਘਰ ਚਲਾਉਣ ਲਈ ਵੀ ਸਾਧਨ ਇਹੀ ਆ, ਪਰ ਉਹ ਆਪਣਾ ਜਿਹੜਾ ਵਾ ਕੰਮ ਬੰਦ ਕਰਕੇ ਕਿਤੇ ਨਾ ਕਿਤੇ ਲੋਕਾਂ ਨੂੰ ਸਮਝਾਉਣਾ ਸ਼ੁਰੂ ਕਰ ਦਿੰਦਾ ਕਿ ਇਸ ਮਹੀਨੇ ਵਿੱਚ ਜਿਹੜੀ ਆ ਕਟਿੰਗ ਨਾ ਕਰਵਾਈ ਜਾਵੇ। ਉਹ ਵੀਰ ਸਾਡੇ ਨਾਲ ਮੌਜੂਦ ਹੈ, ਇਹਦਾ ਨਾਂ ਰਾਹੁਲ ਹੈ, ਰਾਹੁਲ ਨਾਲ ਆਪਾਂ ਗੱਲ ਕਰਾਂਗੇ। ਹਾਂਜੀ ਰਾਹੁਲ, ਕੀ ਕਹਿਣਾ, ਕੀ ਮਨ 'ਚ ਵਿਚਾਰ ਆਉਂਦੀ ਹੈ ਜਦੋਂ ਤੁਹਾਡਾ ਇਹ ਮਹੀਨਾ ਦਸੰਬਰ ਦਾ ਸ਼ੁਰੂ ਹੁੰਦਾ ਅਤੇ ਤੁਸੀਂ ਲੋਕਾਂ ਦੀ ਕਟਿੰਗ ਕਰਨੀ ਬੰਦ ਕਰ ਦਿੰਦੇ ਹੋ? ਇਹ ਸਾਲ ਬਾਅਦ ਆਉਂਦਾ ਜੀ ਸ਼ਹੀਦੀ ਦਿਹਾੜਾ ਜੀ, ਇਹਦੇ ਕਰਕੇ ਮੈਂ ਬੰਦ ਕਰਦਾ ਜੀ। ਕੀ ਕਾਰਨ, ਕਿਉਂ, ਕੀ ਮਨ 'ਚ ਵਿਚਾਰ ਆਉਂਦਾ ਹੈ? ਕਿਉਂਕਿ ਲਗਾਤਾਰ ਤੁਹਾਡਾ ਕਿੱਤਾ ਵੀ ਇਹੋ ਆ, ਤੁਸੀਂ ਲੋਕਾਂ ਦੀ ਕਟਿੰਗ ਕਰਨੀ ਹੈ, ਸ਼ੇਵ ਕਰਨੀ ਹੈ ਅਤੇ ਤੁਸੀਂ ਰੋਟੀ ਖਾਣੀ ਹੈ, ਕੀ ਮਨ 'ਚ ਵਿਚਾਰ ਹੁੰਦੀ ਹੈ? ਵਿਚਾਰ ਸਰ ਹਰ ਸਾਲ ਇੱਕ ਸਰ ਕੰਮ ਕਰੀਦਾ, ਸਰ ਇੱਕ 10 ਦਿਨ ਨਾ ਕਰਾਂਗੇ ਸਰ ਕੋਈ ਗੱਲ ਨਹੀਂ, ਗੁਰੂ ਮਹਾਰਾਜ ਨੇ ਬੜਾ ਕੁਝ ਦੇਣਾ ਸਰ ਸਾਨੂੰ। ਨਹੀਂ ਪਰ ਉਹ ਤਾਂ ਠੀਕ ਹੈ, ਤੁਸੀਂ ਗੁਰੂ ਸਾਹਿਬ ਨੇ ਤਾਂ ਸਭ ਕੁਛ ਦੇਣਾ ਹੈ, ਪਰ ਕੀ ਮਨ 'ਚ ਕੀ ਵਿਚਾਰ ਆਉਂਦੀ? ਕਿਉਂਕਿ ਤੁਸੀਂ ਕਿਹੜੀ ਬਰਾਦਰੀ ਨੂੰ ਬਿਲੋਂਗ ਕਰਦੇ ਹੋ, ਸਿੱਖ ਧਰਮ ਨੂੰ ਬਿਲੋਂਗ ਕਰਦੇ ਹੋ ਜਾਂ ਹਿੰਦੂ ਧਰਮ ਨੂੰ ਬਿਲੋਂਗ ਕਰਦੇ, ਕ੍ਰਿਸ਼ਨ? ਸਰ ਹਿੰਦੂ ਧਰਮ ਨੂੰ ਕਰਦੇ ਹਾਂ, ਪਰ ਗੁਰੂ ਮਹਾਰਾਜ ਨੂੰ ਸਰ ਮੰਨੀਦਾ, ਹਰ ਐਤਵਾਰ ਜਾਈਦਾ ਸਰ ਸ਼ਹੀਦਾਂ ਸਾਹਿਬ ਮੱਥਾ ਟੇਕੀਦਾ, ਪਰ ਇਹ ਕਰਕੇ ਬੰਦ ਕਰੀਏ ਸਰ। ਅਤੇ ਪਰ ਇੱਥੇ ਲੋਕ ਤਾਂ ਤੁਹਾਨੂੰ ਆਣ ਕੇ ਕਹਿੰਦੇ ਹੋਣੇ ਆ ਵੀ ਮੇਰੀ ਕਟਿੰਗ ਕਰ ਦਿਉ ਜੀ, ਅਤੇ ਫਿਰ ਵੀ ਤੁਸੀਂ ਉਹਨਾਂ ਨੂੰ ਕੀ ਕਹਿ ਦਿੰਦੇ ਹੋ, ਮੋੜ ਦਿੰਦੇ ਹੋ ਕਿ ਕੀ ਕਰਨਾ ਪੈਂਦਾ ਕਿਤੇ? ਨਹੀਂ ਸਰ ਮੈਂ ਮੋੜ ਦਿੱਤਾ ਸਰ। ਅੱਛਾ ਜੀ। ਨਹੀਂ ਪਰ ਜਿਸ ਤਰੀਕੇ ਨਾਲ ਆਪਾਂ ਵੇਖਦੇ ਹਾਂ ਕਿ ਸਾਰੀਆਂ ਦੇ ਕਟਿੰਗ ਜਿਹੜੀਆਂ ਅੱਜ ਕੱਲ੍ਹ ਤਾਂ ਦੇਖਿਆ ਕਿ ਸਿੱਖ ਬਰਾਦਰੀ ਦੇ ਵੀ ਬਹੁਤ ਜ਼ਿਆਦਾ ਬੱਚੇ, ਸਿਆਣੇ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਪਤਤ ਵੱਲ ਵੱਧਦੇ ਜਾਂਦੇ ਨੇ, ਉਹ ਵੀ ਕਿਤੇ ਨਾ ਕਿਤੇ ਆਪਣੀਆਂ ਕੇਸ ਕਤਲ ਕਰਵਾਉਂਦੇ ਨੇ, ਨਾਲ ਨਾਲ ਦਾੜੇ ਕਤਲ ਕਰਵਾਉਂਦੇ ਨੇ, ਉਹ ਵੀ ਲੋਕ ਆਉਂਦੇ ਨੇ ਤੁਹਾਡੇ ਕੋਲ। ਜੇ ਹਿੰਦੂ ਬਰਾਦਰੀ ਦੀ ਗੱਲ ਕਰੀਏ ਤਾਂ ਉਹ ਵੀ ਆਣ ਕੇ ਕਟਿੰਗ ਕਰਾਉਂਦੇ ਨੇ ਤੁਹਾਡੇ ਕੋਲ, ਅਤੇ ਜੇ ਕ੍ਰਿਸ਼ਚਨ ਗੱਲ ਕਰੀਏ ਤਾਂ ਉਹ ਵੀ ਤੁਹਾਡੇ ਕੋਲ ਵੱਡੇ ਪੱਧਰ 'ਤੇ ਆਉਂਦੇ ਹੋਣੇ ਆ। ਕੀ ਫਿਰ ਉਹ ਲੋਕ ਉਹਨਾਂ ਦੀ ਵੀ ਕਟਿੰਗ ਕਰਦੇ ਹੋ ਕਿ ਉਹਨਾਂ ਦੀ ਵੀ ਬੰਦ ਕਰ ਦਿੰਦੇ ਹੋ, ਜਿੱਦਾਂ ਸਿੱਖ ਧਰਮ ਨੂੰ ਛੱਡ ਕੇ ਕਿ ਸਿਰਫ ਸਿੱਖ ਧਰਮ ਦੀ ਹੀ ਕਟਿੰਗ ਨਹੀਂ ਕਰਦੇ? ਸਰ ਸਿੱਖ ਧਰਮ ਦੀ ਨਹੀਂ ਕਰਦੇ, ਬਾਕੀ ਸਰ ਸਾਰੇ ਧਰਮ ਆਉਂਦੇ, ਬਾਕੀ ਸਿੱਖ ਧਰਮ ਦੀ ਸਰ ਕਰਦੇ ਅਸੀਂ। ਅਤੇ ਬਾਕੀ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵੀ ਸਿੱਖ ਧਰਮ ਦੀ ਕਟਿੰਗ ਨਹੀਂ ਕਰਦੇ, ਪਰ ਜਿਹੜੇ ਦੂਜੇ ਧਰਮਾਂ ਦੇ ਹੁੰਦੇ ਉਹਨਾਂ ਨੂੰ ਵੀ ਕੀ ਕਰਦੇ, ਉਹਨਾਂ ਦੀ ਵੀ ਕਰ ਦਿੰਦੇ ਹੋ ਕਿ ਉਹਨਾਂ ਨੂੰ ਵੀ ਪ੍ਰੇਰਿਤ ਕਰਦੇ ਹੋ? ਸਰ ਮੈਂ ਹਰ ਕੌਮ ਨੂੰ ਇਹੋ ਆਉਂਦਾ ਵੀ 10 ਦਿਨ ਨਾ ਕਰਾਓ, ਬਾਕੀ ਦਿਨ ਕਰਾਓ ਤੁਸੀਂ। ਅਤੇ ਕੀ ਕੀ ਭਾਵਨਾ ਹੁੰਦੀ ਹੈ ਮਨ 'ਚ, ਕੀ ਵਿਚਾਰ ਆਉਂਦੀ ਹੈ ਜਦੋਂ ਆਪਾਂ ਇਹ ਸੋਚਦੇ ਹਾਂ ਵੀ ਵੀ ਨਹੀਂ ਕਟਿੰਗ ਕਰਨੀ? ਮਨ 'ਚ ਇਹ ਆਉਂਦੀ ਸਰ 10 ਦਿਨ ਸਰ ਗੁਰੂ ਮਹਾਰਾਜ ਨੇ ਸਾਡੇ ਲਈ ਸਰ ਇੰਨਾ ਕੁਝ ਕੀਤਾ ਆ, ਅਤੇ ਅਸੀਂ 10 ਦਿਨ ਨਾ ਕੰਮ ਕਰਾਂਗੇ ਸਰ ਕੀ ਹੋ ਚੱਲਿਆ ਸਾਨੂੰ? ਠੀਕ ਹੈ ਜੀ। ਲਗਾਤਾਰ ਤੁਹਾਨੂੰ ਉਸ ਵੀਰ ਨਾਲ, ਰਾਹੁਲ ਨਾਲ ਮਿਲਾ ਰਹੇ ਸੀ ਕਿ ਜੋ ਵੀਰ ਕੀ ਭਾਵੇਂ ਉਹ ਇੱਕ ਹਿੰਦੂ ਫੈਮਿਲੀ ਨਾਲ ਨੂੰ ਬਿਲੋਂਗ ਕਰਦਾ ਹੈ, ਪਰ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਗੁਰੂ ਸਾਹਿਬ ਲਈ ਪਿਆਰ ਆ, ਮੁਹੱਬਤ ਆ, ਅਤੇ ਉਹਦੇ ਵੀਰ ਵੱਲੋਂ ਕਿਹਾ ਜਾਂਦਾ ਕਿ ਹਰ ਸੰਡੇ ਨੂੰ ਅਸੀਂ ਸ਼ਹੀਦਾਂ ਵਾਲੇ ਜਾ ਕੇ ਨਤਮਸਤਕ ਹੋਈਦਾ, ਪਰ ਇਸ 10 ਦਿਨ ਜਿਹੜਾ ਵਾ ਉਸ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਕਿਤੇ ਨਾ ਕਿਤੇ ਲੋਕਾਂ ਨੂੰ ਅਪੀਲ ਕਰੀਦੀ ਆ ਕਿ 10 ਦਿਨ ਰੁਕ ਜਾਵੋ, ਇਸ ਦਸੰਬਰ ਮਹੀਨੇ ਤੋਂ ਬਾਅਦ ਵਿੱਚ ਕਟਿੰਗ ਕਰਵਾ ਲਿਓ। ਜਿਹੜਾ ਵਾ ਆਪਣੇ ਆਪ ਨੂੰ ਅਤੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾਂਦਾ, ਪਰ ਉਹਦਾ ਕਿੱਤਾ ਹੋਣ ਦੇ ਬਾਵਜੂਦ ਵੀ ਫਿਰ ਵੀ ਅੱਜ ਵੀ ਜਿਹੜਾ ਵੀਰ ਆਪਣੇ ਉਸ
ਸਵਾਲ 'ਤੇ ਖੜ੍ਹਾ ਹੈ ਕਿ ਲੋਕਾਂ ਨੂੰ ਕਿਤੇ ਉਸ ਚੀਜ਼ ਤੋਂ ਡੱਕਿਆ ਜਾਂਦਾ ਵਾ ਕਿ ਕਟਿੰਗ ਕਰਵਾਉਣ ਤੋਂ, ਅਤੇ ਆਪ ਵੀ ਜਿਹੜੀ ਇਸ ਵੇਲੇ ਕਟਿੰਗ ਬੰਦ ਕਰਕੇ ਜਿਹੜਾ ਵਾ ਉਹ ਜਿਹੜੀ ਸ਼ਹਾਦਤ ਨੂੰ ਜਿਹੜਾ ਵਾ ਪ੍ਰਣਾਮ ਕਰਦਾ ਨਜ਼ਰ ਆਉਂਦਾ। ਬਾਕੀ ਸਾਨੂੰ ਵੀ ਸਾਰਿਆਂ ਨੂੰ ਚਾਹੀਦਾ ਇਸੇ ਤਰ੍ਹਾਂ ਕਿ ਇਸ ਵੀਰ ਵਾਂਗੂ ਜਿਸ ਤਰੀਕੇ ਨਾਲ ਇੱਕ ਵੀਰ ਹਿੰਦੂ ਬਰਾਦਰੀ ਨੂੰ ਬਿਲੋਂਗ ਕਰਦਾ ਹੋਇਆ ਵੀ ਜਿਹੜਾ ਸਿੱਖ ਭਾਵਨਾ ਨੂੰ ਸਮਝਦਾ ਹੋਇਆ ਕਿਤੇ ਨਾ ਕਿਤੇ ਲੋਕਾਂ ਨੂੰ ਅਵੇਅਰ ਕਰਦਾ, ਸਾਨੂੰ ਵੀ ਚਾਹੀਦਾ ਵਾ ਕਿ ਇਸ ਮਹੀਨੇ ਵਿੱਚ, ਵੈਸੇ ਤਾਂ ਇਸ ਮਹੀਨੇ 'ਚ ਨਹੀਂ ਸਦਾ ਲਈ ਆਪਾਂ ਨੂੰ ਜਿਹੜੇ ਸਿੱਖ ਹੋ ਬੱਚੇ ਹਾਂ ਅਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਕਿਤੇ ਅਸੀਂ ਕੇਸਾਧਾਰੀ ਹੋਈਏ, ਕਿਤੇ ਨਾ ਕਿਤੇ ਪਤਿਤ ਪੁਣੇ ਤੋਂ ਬਾਹਰ ਆਣ ਕੇ ਗੁਰੂ ਦੀ ਬਾਣੀ ਅਤੇ ਗੁਰੂ ਨਾਲ ਜੁੜੀਏ ਅਤੇ ਇਹੋ ਜਿਹੇ ਵੀਰਾਂ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਵਧੀਆ ਜੀਵਨ ਬਣਾਈਏ। ਬਾਕੀ ਤੁਸੀਂ ਜੁੜੇ ਰਹੋ ਇੱਦਾਂ ਹੀ 10 ਸਮਰ ਨਿਊਜ਼ ਦੇ ਨਾਲ, ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।